ਬਸ ਸੁਪਨੇ ਦੇ ਵਿੱਚ ਆਇਆ ਕਰੇ। ਜਿਹੜੀ ਹਰ ਵਾਰ ਧੁੱਪ ਤੋਂ ਬਚਾਵੇ ਉਹ ਘਰ ਦੇ ਬੋਰਡ ਦੀ ਛਾਂ ਥੋੜ੍ਹੀ ਹੈ, ਤੰਗ ਤਾਂ ਕਰੂਗੀ ਮੇਰੇ ਦੋਸਤ, ਜ਼ਿੰਦਗੀ ਹੈ ਮਾਂ ਥੋੜ੍ਹੀ ਹੈ। ਬਾਲ ਵਾਸਾਂ ਇਹ ਖਾਣਾ ਖਵਾਲ ਸਨ ਤਾਂ ਮੀਂਹ ਲੱਗਣਾ ਇਦੋ ਹੀ ਗੱਲ ਨਹੀਂ ਹੋਣੀ, ਗੱਲ ਹੀ ਆਇਓ ਸੀ ਮੁੱਛਾ ਲਿਆ ਸਰ। ਹਾਂ ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਬਤਦਾ ਜੀ ਉਸ ਜ਼ਾਤ ਨੇ ਨਾਂ ਸੀ ਜਿਹੜਾ ਕਦੇ ਵੀ ਤਨਹਾ ਨਾ ਛੋੜਿਆ, ਸਜੇ ਇਨਸਾਨ ਕੀ ਉਮੀਦ ਹੈ ਸਾਰੇ ਬਿਨਾਂ ਭਰਾ ਠੀਕ ਠਾਕ ਹੋ ਸੋ, ਅੱਲਾਹ ਤਾਲਾ ਨੇ ਫਜ਼ਲ ਓ ਕਰਮ ਨਾਲ ਖੁਸ਼ ਬਾਸ਼ ਹੋ ਸੋ, ਅੱਲਾਹ ਤਾਲਾ ਨੇ ਤਰਫੋ ਸ਼ਿਆਂ ਦੀ ਹਰ ਆਜ਼ਮਾਇਸ਼ ਉੱਪਰ ਸਬਰ ਕਰਨੇ ਹੋ ਸੋ, ਹਰ ਖੁਸ਼ੀ ਪਰ ਉਸ ਰੱਬ ਨਾਲ ਸ਼ੁਕਰ ਅਦਾ ਕਰਨੇ ਹੋ ਸੋ। ਸੁਬਹਾ ਦਾ ਜਿਹੜਾ ਮੌਸਮ ਹੈ ਉਹ ਵੈਸੇ ਵੀ ਬੜਾ ਖੂਬਸੂਰਤ ਹੋਣਾ ਆ, ਔਰ ਅਗਰ ਸਾਵਨ ਹੋਵੇ ਔਰ ਸੁਬਹਾ ਸੁਬਹਾ ਚੜ੍ਹ ਪੇਵੇ ਵੇਣ, ਬਾਰਿਸ਼ ਰਾਤੀ ਹੋਈ ਵੈ ਔਰ ਗਰਮੀ ਬਿਲਕੁਲ ਨਾ ਹੋਇਆ, ਤਾਂ ਫਿਰ ਸੁਬਹਾ ਨਾ ਜਿਹੜੀ ਖੂਬਸੂਰਤੀ ਹੈ, ਸੁਬਹਾ ਨਾਲ ਜਿਹੜਾ ਹੁਸਨ ਹੈ ਉਸਨੇ ਮਜ਼ੀਦ ਇਜ਼ਾਫਾ ਹੋ ਜਾਣਾ ਆ। ਮਾਸ਼ਾਅੱਲਾ ਜਿਹੜੀ ਪਰਿੰਦਿਆਂ ਦੀ ਖੂਬਸੂਰਤ ਜੀ ਆਵਾਜ਼ ਔਰ ਮੁਖਤਲਿਫ ਜਿਹੜੇ ਹਸ਼ਰਾਤ ਹਨ, ਮੁਖਤਲਿਫ ਪਰਿੰਦੇ ਹਨ, ਖੂਬਸੂਰਤ ਆਵਾਜ਼ਾਂ ਹੀ ਆ। ਉਸ ਤੋਂ ਇਲਾਵਾ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਜਿਹਾ ਵੈਦਰ ਹੈ, ਨਿੱਕੀ ਨਿੱਕੀ ਆਵਾਜ਼ ਝੁਲਣੀ ਪਈ ਹੈ ਔਰ ਬਾਰਿਸ਼ਾਂ ਦੀ ਵਜ੍ਹਾ ਤੋਂ ਹੈ ਕਿ ਜਿਹੜੀ ਹਵਾ ਹੈ ਇਹ ਠੰਡੀ ਹੈ, ਸੋ ਇਸ ਵਜ੍ਹਾ ਤੋਂ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਜਿਹਾ ਮੌਸਮ ਹੋ ਗਿਆ ਆ। ਸੁਬਹਾ ਤੋਂ ਪੂਰੇ ਦਿਨ ਦਾ ਆਗਾਜ਼ ਹੋਣਾ ਆ, ਸੁਬਹਾ ਅਗਰ ਖੂਬਸੂਰਤ ਹੈ ਤਾਂ ਯਕੀਨਨ ਅੱਜ ਦਾ ਦਿਨ ਵੀ ਬੜਾ ਖੂਬਸੂਰਤ ਹੋ ਸੀ ਹੈ। ਅੱਜ ਦੀ ਵੀਡੀਓ ਫਿਰ ਕੁਝ ਪਰਦੇਸੀਆਂ ਦੇ ਹਵਾਲੇ ਨਾਲ ਹੋ ਸੀ ਹੈ। ਪਹਿਲੇ ਇੱਕ ਚਾਚੂ ਆਏ ਸਨ, ਅੱਜ ਉਹਨਾਂ ਤੋਂ ਬੜੇ ਚਾਚੂ, ਉਹ ਵੀ ਇੰਗਲੈਂਡ ਤੋਂ ਆਪਣੀ ਫੈਮਿਲੀ ਨਾਲ ਰਚਣੇ ਪਏ ਹਨ, ਉਹਨਾਂ ਨਾਲ ਘਰ ਰਚਣਾ ਇਨਸ਼ਾਅੱਲਾ, ਉਹ ਵੀ ਤੁਸੀਂ ਦੱਸਾਂ ਆ ਕਿ ਸਾਰੀਆਂ ਫੈਮਲੀਆਂ ਕਿਵੇਂ ਆ ਰਹੀਆਂ ਹਾਂ। ਇਹ ਤੁਸੀਂ ਕੀ ਬਾਈ ਸੀ ਕਿ ਇਨਸ਼ਾਅੱਲਾ ਕੁਝ ਦਿਨਾਂ ਵਿੱਚ ਬੜੇ ਸਪੈਸ਼ਲ ਜਿਹਾ ਈਵੈਂਟ ਫੈਮਿਲੀ ਸ਼ੁਰੂ ਹੋਣੇ ਵਾਲਾ, ਸੋ ਇਨਸ਼ਾਅੱਲਾ ਤੁਸੀਂ ਨਾਲੋ ਨਾਲ ਰਹਿਣਾ ਆ, ਤੁਸੀਂ ਕਿ ਅਸ਼ਨਾ ਦੇ ਦਿਨਾਂ 'ਚ ਇਨਸ਼ਾਅੱਲਾ ਉਹ ਸਰਪ੍ਰਾਈਜ਼ ਜਿਹੜਾ ਆ ਉਹ ਵੀ ਓਪਨ ਕਰੀ ਉੜਸਾਂ ਆ। ਮੈਂ ਸੁਬਹਾ ਸੁਬਹਾ ਬੇਸਿਕਲੀ ਪਲੋਟਾਂ ਵਾਲੀ ਸਾਈਡ ਆਇਆ ਉਸਾਂ, ਕਿਉਂਕਿ ਪੈਕੇਜ ਕਰਾਉਣਾ ਸੀ, ਇੰਟਰਨੈਟ ਖਤਮ ਹੋਇਆ ਸੀ, ਸੋ ਮੈਂ ਇੰਟਰਨੈਟ ਨਾਲ ਪੈਕੇਜ ਕਰਵਾਈ ਆ, ਉਸ ਤੋਂ ਬਾਅਦ ਫਿਰ ਪਤਾ ਲਵਾਂ ਕਿ ਉਹ ਕੁਦਰਨ ਸੋ ਹੈ ਕਿ ਜਹਾਜ਼ ਉਹਨਾਂ ਨਾਲ ਲੈਂਡ ਹੋ ਗਿਆ, ਬਾਕੀ ਹੁਣ ਕਾਰ ਪਹੁੰਚਣ ਤੱਕ ਤਕਰੀਬਨ 4 ਤੋਂ 5 ਘੰਟੇ ਲੱਗੀ ਹੈ ਜਾਸਣ ਹੈ। ਮੈਂ ਉਹਨਾਂ ਕਿ ਆਪਣੀ ਥੋੜ੍ਹੀ ਸੈਟਿੰਗ ਸੂਟਿੰਗ ਕਰਵਾਈ ਕਿੰਦੀ ਜਾਏ, ਇਹਨਾਂ ਤੋਂ ਪਹਿਲਾਂ ਜੁਲੇ ਹਾਂ ਹੱਥ ਕਰਾਉਣੇ ਆ, ਔਰ ਅੱਜ ਕੱਲ੍ਹ ਨੇ ਦੌਰ ਵਿੱਚ ਤੁਹਾਨੂੰ ਪਤਾ ਕਿ ਟਾਈਮ ਕਿੰਨਾ, ਚਾਹੇ ਉਹ ਤੁਸੀਂ ਹੱਥ ਕਰਵਾਉਣੇ ਅਤੇ ਬਾਲ ਕਟਵਾਉਣੇ 'ਤੇ ਜਾਓ ਜਾਂ ਕੋਈ ਵੀ ਕੰਮ ਹੈ, ਪਹਿਲੇ ਟਾਈਮ ਕਿੰਨਾ, ਦੋਵੇਂ ਲਫ਼ਜ਼ਾਂ ਅਪੁਆਇੰਟਮੈਂਟ ਕਿੰਨਾ ਬੜਾ ਜ਼ਰੂਰੀ ਹੋਣਾ ਹੈ। ਹੱਥ ਕਰਾ ਸਾਂ ਆ, ਉਸ ਤੋਂ ਬਾਅਦ ਫਿਰ ਇਨਸ਼ਾਅੱਲਾ ਬਾਕੀ ਨੇ ਜਿਹੜਾ ਟਾਈਮ ਹੈ ਉਹ ਕਾਰ ਫੈਮਿਲੀ ਨਾਲ ਗੁਜ਼ਰਸੀ ਹੈ, ਸ਼ਾਮੀ ਨੇ ਟਾਈਮ ਇਨਸ਼ਾਅੱਲਾ ਦੋਸਤ ਅਹਿਬਾਬ ਨਾਲ ਵੀ ਕੋਸ਼ਿਸ਼ ਕਰ ਸਾਂ ਕਿ ਮੁਲਾਕਾਤ ਕੀਤੀ ਜਾਏ, ਕਿਉਂਕਿ ਇਰਫਾਨ ਸਾਹਿਬ ਨਾਲ ਕਾਫੀ ਦਿਨ ਹੋਏ ਨਹੀਂ ਗੈਟ ਟੂਗੈਦਰ ਹੋਈ ਹੈ, ਸੋ ਇਨਸ਼ਾਅੱਲਾ ਉਹਨਾਂ ਨਾਲ ਵੀ ਮਿਲ ਸਾਂ ਆ। ਸੋ ਆਪਣੀ ਤਿਆਰੀ ਤਾਂ ਹੋ ਹੀ ਗਿਆ, ਬਾਜ਼ਾਰ ਗਿਆ, ਇਹ ਹੈ ਕਿ ਸੁਬਹਾ ਸੁਬਹਾ ਨਾ ਟਾਈਮ ਸੀ, ਸੋ ਇਤਨਾ ਜ਼ਿਆਦਾ ਰਸ਼ ਕੌਣ ਸੀ, ਫਟਾਫਟ ਮਿੱਕੀ ਵੀ ਟਾਈਮ ਲੱਭੀ ਗਿਆ, ਤਾਂ ਖਦਸ਼ਤ ਕਰਾਇਆ ਆ, ਬਾਰਿਸ਼ ਸੈੱਟ ਕਰਾਏ, ਉਸ ਤੋਂ ਬਾਅਦ ਫਿਰ ਕਾਰ ਆਈ ਗਿਆ, ਨਾਈ ਧੋਈ ਬਿਲਕੁਲ ਫਰੈਸ਼ ਹੋਈ, ਅਤੇ ਹੁਣ ਹੈ ਕਿ ਆਹਿਸਤਾ ਆਹਿਸਤਾ ਜੁਲੇ ਹਾਂ ਉੱਪਰ, ਤਕਰੀਬਨ ਇਸ ਵੇਲੇ 10:15-10:30 ਹੋਈ ਗਏ, ਮੈਂ ਆਉਣਾ ਕਿ ਉੱਪਰ ਜੁਲਾਂ, ਤਾਂ ਫਿਰ ਇੰਤਜ਼ਾਰ ਕਰਨੇ ਆ। ਸੁਪਨੇ ਦੇ ਵਿੱਚ ਆਇਆ ਕਰਮਾ ਤੈਨੂੰ ਜੱਫੀ ਪਾ ਕੇ ਰੋਣਾ ਮੈਂ, ਬਸ ਸੁਪਨੇ ਦੇ ਵਿੱਚ ਆਇਆ ਕਰੇ। ਰੱਬਾ ਮਾਵਾ ਨਾ ਖੋਮੀ ਬਿਨਾ ਹੈ ਖੁਸ਼ੀਆਂ, ਲਕੋਮੀ ਪਿਆਰ ਦੇ ਬੂਹੇ ਨਾ ਠੋਮੀ ਵੇ, ਰੱਬਾ ਮਾਵਾ ਨਾ ਖੋਮੀ।
ਮਾਪੇ ਰੱਬਾ ਬਣੇ ਜ਼ਰੂਰੀ ਐ ਐਵੇਂ ਕਿਤੇ ਲਕੂਵੀ ਨਾ ਇੱਕੋ ਅਰਜ਼ ਆ ਸੁਣੀ ਦਾਤਿਆ ਮਾ ਕਿਸੇ ਦੀ ਹੋਵੀ ਨਾ ਉੱਚੀ ਹਸਤੀ ਛੋ ਨਹੀਂ ਸਕਦਾ ਰੱਬ ਮਾਂ ਤੋਂ ਵੱਡਾ ਹੋ ਨਹੀਂ ਸਕਦਾ ਤੂੰ ਹੋਰ ਕੋਈ ਰਿਸ਼ਤਾ ਮੋ ਨਹੀਂ ਸਕਦਾ ਜ਼ੋਰ ਬਥੇਰਾ ਲਾਉਣਾ ਮੈਂ ਸੁਪਨੇ ਦੇ ਔਕਾਤ ਕੀਤੀ ਹੈ ਤੁਸਾਂ ਕੀ ਦੱਸੀ ਹੈ ਖਾਣਾ ਛਾਣਾ ਖਾਈ ਹੁਣ ਇਹ ਕਿ ਜਿੰਨੇ ਘਰ ਥੋੜ੍ਹੀ ਦੇਰ ਰੈਸਟ ਕਰਨੇ ਆ ਅਤੇ ਫਿਰ ਇਨਸ਼ਾਲਾ ਦੋਸਤ ਸਭਾਵ ਨਾਲ ਰਾਬਤਾ ਕਰ ਸਾਂ ਅਤੇ ਰੈਸਟ ਕਰਨ ਤੋਂ ਬਾਅਦ ਜਾ ਉੱਠ ਸਾਂ ਲੈ ਅਤੇ ਫਿਰ ਇਨਸ਼ਾਲਾ ਉਹਨਾਂ ਨਾਲ ਹੁਣ ਪੂਰੀ ਤੋਂ ਮਿਲ ਸਾਂ ਅਸਾਂ ਕੀ ਦੱਸਿਆ ਵੀ ਸਾਂ ਸੁਬਹਾ ਸੁਬਹਾ ਇਹ ਕਿ ਸ਼ਾਮੀ ਦੋਸਤਾਂ ਨਾਲ ਹੀ ਮਿਲ ਸਾਂ ਆ ਸੋ ਅਸਾਂ ਤਰ੍ਹਾਂ ਹੀ ਮੁਲਾਕਾਤ ਕਰੀ ਅਤੇ ਪਹੁੰਚ ਗਏ ਹਾਂ ਅਸਾਂ ਮਾਸਟਰ ਸ਼ੈਫ ਉੱਪਰ ਸਲਾਮ ਅਲੈਕੁਮ ਭਾਅ ਕੀ ਹਾਲ ਹੈ ਠੀਕ ਹੈ ਬਾਬੇ ਔਰ ਸੁਣਾ ਸਿਹਤ ਕੈਸੀ ਹੈ ਸੁਣੀ ਦਿਹਾੜ ਕੈਸੀ ਗੁਜ਼ਰੀ ਮਹੀਨਾ ਹੋਰ ਵੀ ਥਿਆ ਕੋਈ ਹੋਰ ਗੱਲ ਕੜੀ ਨਾ ਕੋਈ ਹੋਰ ਗੱਲ ਕੋਣੀ ਕੋਈ 14 ਅਗਸਤ ਯੋਮ ਆਜ਼ਾਦੀ ਆ ਹਾਂ ਬਸ ਉਹ ਤਿਆੜ ਕੈਸੀ ਗੁਜ਼ਰੀ ਯਾਰ ਬਾਬੇ ਮਾੜੀ ਟੈਨਸ਼ਨ ਹੀ ਗੁਜ਼ਰਨੀ ਹੈ ਯਕੀਨ ਮੰਨੋ ਨਾ ਵਿਆਹ ਭਰੇ ਸੋਣ ਕਸੂਰ ਨੇ ਵਿਆਹ ਭਰੇ ਟੈਨਸ਼ਨ ਆਈ ਕੋਣੀ ਉਹ ਤਾਂ 2 ਸਾਲ ਹੋ ਗਏ ਮੈਨੂੰ ਕੋਈ ਪ੍ਰੋਬਲਮ ਨਹੀਂ ਵਿਆਹ ਹੋਇਆ 4 ਸਾਲ ਹੋ ਗਏ ਹਾਂ ਪ੍ਰੋਬਲਮ ਇਹ ਹੈ ਜਨਾਬੇ ਵਾਲਾ ਤੁਸੀਂ ਦੋਨੇ ਬੰਤੀ ਮਜ਼ਾਕ ਮਾਰੇ ਠੀਕ ਆ ਨਾ ਮੈਂ ਬਿਜ਼ੀ ਆ ਦੋਵੇਂ ਜਿਹੜਾ ਦੁਆ ਹਾਂ ਬਿਜ਼ੀ ਆ ਮੈਂ ਇਸ ਟੈਨਸ਼ਨ ਹੀ ਰਹਿਣਾ ਆ ਪੂਰੀ ਦਿਹਾੜ ਗੁਜ਼ਰਨੀ ਮਾੜੀ ਕਿ ਸ਼ਾਮੀ ਪਤਾ ਨਹੀਂ ਆਇਆ ਜਾਂ ਜਾਸਾਂ ਵੀ ਦੇ ਵੀਡੀਓ ਬਣਾਉਣ ਦੇ ਆ ਨਾ ਜਾਣ ਲੱਗੇ ਮੈਂ ਕੀ ਕਰਾਂ ਰੋਟੀ ਮੈਂ ਖਾਸਾ ਇਹ ਤਾਂ ਚਲੋ ਚੀਜ਼ ਹੈ ਨਾ ਬਰਗਰ ਚਿਪਸ ਇਹ ਤਾਂ ਚੀਜ਼ਾਂ ਹੋਣੀਆਂ ਐਵੇਂ ਤਰ੍ਹਾਂ ਚਲੋ ਸ਼ੁਗਰ ਮੇਲੇ 'ਚ ਜਿਹੜੇ ਨਹੀਂ ਹੋਣੇ ਬਰਗਰ ਬੋਇਜ਼ ਹਾਂ ਹਾਂ ਲੇਕਿਨ ਰੋਟੀ ਜਿਹੜੀ ਤਾਕਤ ਹੀ ਨਾ ਉਹ ਕਿਸੇ ਚੀਜ਼ ਆਈ ਕੋਣੀ ਹੈ ਸੋ ਇਹ ਹਾਲੀ ਜ਼ਾਇਕੇ ਨੇ ਮਾਰਿਆ ਤਾਂ ਤਾਕਤ ਨੇ ਮਾਰਿਆ ਇਨਸ਼ਾਅੱਲਾ ਘਰ ਦੀ ਰੋਟੀ ਖਾ ਸਕਦੇ ਕਿ ਤਸੱਲੀ ਨਾਲ ਕੁਛ ਐਸੀ ਜਗ੍ਹਾ ਪਰ ਚੁਲਾਇਆ ਜਿੱਥੇ ਸ਼ੋਰ ਸ਼ਰਾਬਾ ਨਾ ਹੋਇਆ ਤਾਂ ਕਿ ਅਸਾਂ ਫਿਰ ਤਫਸੀਲੀ ਮਾਮਲਾ ਕਰੀ ਸਕਣਾ ਆ ਕਿਉਂਕਿ ਗੱਲ ਬੜੀ ਨਾਜ਼ੁਕ ਮਰਹਲੇ ਦਾਖਲ ਹੋਈ ਗਈ ਹੈ ਸਾਡੇ ਭਾਬੇ ਨਾਲ ਰੀਤੇ ਬਣੀ ਹੁੰਦੀ ਹੈ ਨਹੀਂ ਨਹੀਂ ਨਾ ਇਸ ਨਾ ਭਾਬੇ ਗੱਲ ਇਹ ਹੈ ਕਿਸੇ ਦੀ ਸਾਫ਼ ਹੈ ਨਹੀਂ ਕਹਿ ਤਕਾਂ ਚਲੋ ਮਾੜੇ ਵੀ ਮਾਮਲਾ ਫੇਸ ਇੱਕ ਟਾਈਮ ਵਿਆਹ ਦਾ ਮਾਮਲਾ ਮਾੜੇ ਫੇਸ ਫਿਰ ਵੀ ਮੈਂ ਰੋਣੇ ਰਹਿਣਾ ਰੋਣੇ ਰਹੇ ਤੁਸੀਂ ਰੋਣੇ ਸੀ ਲੇਕਿਨ ਮੈਂ ਫਿਰ ਵੀ ਕੋਸ਼ਿਸ਼ ਕਰਨਾ ਸਾ ਦੋਵੇਂ ਤਰੀਕੇ ਚੌਥੇ ਜਿਹੜਾ ਸ਼ਾਮਿਲ ਹੋਣਾ ਇਹ ਤਾਂ ਨਹੀਂ ਕਿ ਪੂਰਾ ਮਹੀਨਾ ਹੀ ਲੱਤ ਬੰਨੀ ਕਰੋ ਨਹੀਂ ਤਾਂ ਅਗਰ ਦੋਵਾਂ ਸਾਲਾਂ 'ਚ ਚਾਰ ਚਾਰ ਦੜੇ ਹਰ ਮਹੀਨੇ ਨੇ ਬਹੁਤ ਤੇ ਯਾ ਕਦੇ ਬਾਅਦ ਛੁੱਟੀ ਕਰੋ ਗੱਲ ਤਾਂ ਬਰਾਬਰ ਹੀ ਜਿਹੜੀ ਸਿੱਧੀ ਸਾਫ਼ ਗੱਲ ਹੈ ਕੱਲ ਮੈਂ ਕਰਸਣੇ ਰੈਸਟ ਰੈਸਟ ਕਰੀ ਕਿਨੋ ਲੇਕਿਨ ਇਹ ਤੈਅ ਆ ਕਿ ਤੁਸਾਂ ਕੀ ਅਸਾਂ ਜਨਾਬ ਬਲਾਸਾਂ ਮੈਂ ਨੱਚਣਾ ਕੱਲ ਮੈਂ ਨਾ ਇਸ਼ਨਾ ਪਾਈ ਨਹੀਂ ਕੱਲ ਖਾਣਾ ਦੱਸੋ ਜਾਂ ਜੋ ਦੱਸੋ ਕੱਲ ਮੈਂ ਨਾ ਤੇ ਦਾਵਤ ਹੈ ਔਰ ਅਗਰ ਅਸਾਂ ਬੁਲਾਈ ਕਿੰਦਾ ਜੋ ਮਰਜ਼ੀ ਹੈ ਅਗਰ ਅਸਾਂ ਬੁਲਾਈ ਕਿੰਦਾ ਫਿਰ ਬੁਲਾਈ ਕਿ ਨਹੀਂ ਆਤਾ ਕਿ ਕਿੰਨਾ ਫਿਰ ਤੁਸਾਂ ਜਾਤਾ ਕਿ ਨਹੀਂ ਆ ਕੇ ਕਰੀ ਸਕਦੇ ਹੋ ਜਿਹੜੀ ਮਰਜ਼ੀ ਸੋ ਸ਼ਰਤ ਰੱਖਣਾ ਨਹੀਂ ਮੁੱਛਾ ਵੈਸੇ ਕਿੰਨਾ ਸਾਲ ਹੋ ਗਿਆ ਕਟਾਣੇ ਨਹੀਂ ਆਣਾ ਹਲਾ ਚਲੋ ਇਸਾ ਬੁਲਾਈ ਕਿੰਦਾ ਅਸਾਂ ਬੁਲਾਈ ਕਿੰਦਾ ਜਿਸ ਬਣੇ ਨਾਲ ਹੀ ਬੁਲਾਇਆ ਜੇ ਬੁਲਾਈ ਕਿੰਦਾ ਤੈਨੂੰ ਮੁੱਛਾ ਲਵਾਉਣੀਆਂ ਬਸ ਠੀਕ ਮਨਜ਼ੂਰ ਡਨ ਬਹੁਤ ਬੜੀ ਗੱਲ ਹੀ ਇਫਾਦ ਮੁਸਤਫਾ ਸਾਹਿਬ ਸੋਚੀ ਕਿ ਨੂੰ ਡੱਬਾ ਸਾ ਖੋਲੀ ਉੜਦਾ ਲੇਕਿਨ ਸੋਚੀ ਕਿ ਨੂੰ ਇੱਕ ਦਫਾ ਭਾਵੀ ਰਾਹੀ ਦਾ ਲਵਾਈਆਂ ਸੀ ਇੱਕ ਦਫਾ ਸਾ ਜ਼ਬਰਦਸਤੀ ਲਾਈ ਉਹਦਾ ਲੇਕਿਨ ਇਹਨੇ ਕੋਈ ਨਾਰਾਜ਼ਗੀ ਨਹੀਂ ਹੋਣੀ ਫਿਰ ਅਸਾਂ ਭਾਵੇਂ ਰੱਸੀਆਂ ਨਾਲ ਬੰਨੀ ਦੱਲਾਂ
ਤੁਸਾਂ ਕੀ ਪੈਵੇਂ ਜਿਸ ਤਰ੍ਹਾਂ ਮਰਜ਼ੀ ਲੈ ਮੈਂ ਸਾਦਾ ਰਸੀਆ ਬੰਦ ਸੋਣਾ ਸਾਲ ਹਾਂ ਕੱਲ ਇੱਕ ਹੋਰੀ ਮਤਲਬ ਕਿ ਸ਼ਰਤ ਇਹ ਹੈ ਕਿ ਤੁਸਾਂ ਮੈਨੂੰ ਉੱਥੋਂ ਬੁਲਾਣਾ ਇਹ ਨਹੀਂ ਕਿ ਤੁਸਾਂ ਆਪੂ ਟੁਰੀ ਤੋਂ ਨਾ ਜੀ ਤੋਬਾ ਅਸਾਂ ਇਧਰ ਦਿਮਾਗ ਫਿਰ ਆਪਣਾ ਪੈਟਰੋਲ ਦੇਆ ਕਰਾਂ ਮੈਂ ਤੁਸਾਂ ਆਇਓ ਕਠਾੜ ਅਰਾ ਕਠਾੜ ਜੇ ਮੁੱਛ ਕੋ ਪੁਣਾਉਣੀ ਹੋ ਸਾਰੀਆਂ ਗੱਪਾਂ ਅਸਾਂ ਆਪਣੇ ਏਰੀਏ ਬੁਲਾਸਾਂ ਬਣਾ ਕੇ ਤੁਸਾਂ ਆਇਓ ਕਠਾੜ ਚਲੋ ਮਜਬੂਰਨ ਵੀ ਗੇਸ਼ਨਾ ਪਈ ਜਾਣਾ ਨਹੀਂ ਅਸਾਂ ਇਹ ਨਹੀਂ ਆਇਆ ਕਿ ਅਸਾਂ ਮਿਲਸਾਂ ਅਸਾਂ ਆਇਆ ਕਿ ਅਸਾਂ ਤੁਸੀਂ ਬੁਲਾਸਾਂ ਹਾਂ ਹਾਂ ਬੁਲਾਣਾ ਇਹ ਨਹੀਂ ਕਿ ਸਰਕਾ ਬਾਅਦ ਦੇ ਏਰੀਏ ਤੋਂ ਬੁਨ ਬੁਨ ਤੋ ਪੀਜਾ ਪੀਜਾ ਮਾਣਾ ਏਰੀਏ ਠੀਕ ਹੋ ਗਿਆ ਜੀ ਪਸੰਦ ਆਈ ਯਾਰ ਆਏ ਮੁੱਛਾ ਲਈ ਗੱਲ ਸਾਰੀ ਟੋਟਲ ਮਿਸ਼ਾ ਕਾ ਕੋਈ ਕਿੰਨੀਆਂ ਘੰਟਿਆਂ ਨਹੀਂ ਆ ਇਸਲਾ ਟਾਈਮ ਹੋਈ ਗਿਆ ਰਾਤਾਂ ਨੇ ਅੱਠ ਤਾਂ ਕੱਲ੍ਹ ਆਣੇ ਅੱਠ 12 ਘੰਟੇ ਤਾਂ ਸਮਝੋ 20 ਘੰਟੇ ਨਹੀਂ ਗੱਲ ਹੈ ਠੀਕ ਹੈ ਬਾਈ ਮਨਜ਼ੂਰ ਆ ਆਹਿਆਂ ਦਾ ਡਨ ਹੈ ਪੈਣਾ ਪ੍ਰੋ ਤੁਸੀਂ ਹੁਣ ਅਗਲੀ ਵੀਡੀਓ ਲਾਜ਼ਮੀ ਤੱਕਣੀ ਹੈ ਕਿ ਕੱਲ੍ਹ ਕੋਈ ਨਾ ਕੋਈ ਫੈਸਲਾ ਹੋਈ ਜਾ ਤੇ ਜੇ ਮੈਂ ਨਾ ਆਇਆ ਤਾਂ ਫਿਰ ਅਗਲੀ ਵੀ ਡਨ ਕਰੋ ਨਾ ਅਸਾਨੀਆਂ ਤਾਂ ਇੰਨੀਆਂ ਥੀਆਂ ਗੁਣੀ ਕਿਸਾਨਾ ਨਹੀਂ ਨਹੀਂ ਇੱਕ ਮਿੰਟ ਜੀ ਗੱਲ ਹੈ ਨਾ ਬਦਲੇ ਮੁੱਛਾ ਛੋੜੀ ਦੀ ਫਸੀ ਜਾਣੇ ਜੇ ਕੱਲ ਬੁਲਾਣੇ ਮਾਰੇ ਇਕੱਠੇ ਹੋਈ ਗਏ ਫਿਰ ਪਤਾ ਲੱਗੇ ਕਿੰਨੇ ਅਸਾਂ ਤਾਂ ਕੱਲ ਮਜਬੂਰੀ ਹੈ ਨਾ ਸਾਡੀ ਅਸਾਂ ਕੱਲ ਤਾਂ ਇਕੱਠਿਆਂ ਹੋਣਾ ਨਾ ਸੋ ਉਸਕੀ ਚੀਜ਼ ਇੰਨਾ ਸ਼ਾਮਿਲ ਹੋ ਕਿ ਕੱਲ ਅਸਾਂ ਇਕੱਠਿਆਂ ਹੋਣਾ ਹੀ ਹੋਣਾ ਮਾਮਲਾਤ ਮਤਲਬ ਮੁੱਛਾ ਲੈ ਸਨ ਫਿਰ ਮੁੱਛਣ ਬਰਾਬਰ ਦਾੜੀ ਵੀ ਨਹੀਂ ਕਰਾਸਾਂ ਪੈਸੇ ਤੁਸੀਂ ਦੇਸੋ ਇਨਸ਼ਾਅੱਲਾ ਨੈਕਸਟ ਵੀਡੀਓ ਮਿਲ ਸਕਦੀ ਆਪਣੇ ਪਿਆਰਾਂ ਬਹੁਤ ਸਾਰਾ ਖਿਆਲ ਰੱਖਿਆ ਦੁਆ ਜਿਸ ਤਰ੍ਹਾਂ ਕਿ ਯਾਦ ਰੱਖਿਆ।